ਕਿਸਾਨ ਵੀਰੋ ਇੱਕ ਖੇਤੀ ਸੰਦੇਸ਼ ਜਾਰੀ ਕੀਤਾ ਗਿਆ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਵੱਲੋਂ ਉਹਦੇ ਵਿੱਚ ਉਹਨਾਂ ਨੇ ਝੋਨੇ ਨਰਮੇ ਕਮਾਦ ਮੱਕੀ ਸਬਜ਼ੀਆਂ ਤੇ ਬਾਗਬਾਨੀ ਬਾਰੇ ਕੁਝ ਸਲਾਹਾਂ ਦਿੱਤੀਆਂ ਨੇ ਉਹਨਾਂ ਤੇ ਝਾਤ ਮਾਰਦੇ ਆ ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਦੋਸਤੋ ਜਿੰਨਾ ਵੀਰਾਂ ਨੇ ਹੁਣ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਲੈਣ ਤਾਂ ਜੋ ਹਰ ਖੇਤੀ ਸਬੰਧੀ ਜਾਣਕਾਰੀ ਤੁਹਾਡੇ ਫੋਨ ਤੱਕ ਪਹੁੰਚ ਸਕੇ ਦੋਸਤੋ ਉਹਨਾਂ ਨੇ ਝੋਨੇ ਦੀ ਗੱਲ ਕੀਤੀ ਹੈ ਕਿ ਝੋਨੇ ਦੀ ਲਵਾਈ ਸ਼ੁਰੂ ਕਰ ਲਵੋ ਝੋਨੇ ਦੀ ਪਨੀਰੀ ਨੂੰ ਖੇਤ ਵਿੱਚ ਲਗਾਉਣ ਸਮੇਂ ਦਰਮਿਆਨੀਆਂ ਜ਼ਮੀਨਾਂ ਵਿੱਚ 30 ਕਿਲੋ ਯੂਰੀਆ ਪ੍ਰਤੀ ਏਕੜ ਦੇ ਹਿਸਾਬ ਨਾਲ ਪਾਓ। ਵੈਸੇ ਤਾਂ ਸਿਫਾਰਸ਼ ਕੀਤੀ ਜਾਂਦੀ ਹੈ ਕਿ ਜਦੋਂ ਆਪਾਂ ਝੋਨਾ ਲਾ ਲਿਆ ਤੇ 7 ਦਿਨ ਦੇ ਅੰਦਰ-ਅੰਦਰ ਤੁਸੀਂ ਯੂਰੀਆ ਪਾ ਸਕਦੇ ਹੋ। ਪਰ ਇਹਦੇ ਵਿੱਚ ਇਹਨਾਂ ਨੇ ਇਹ ਦੱਸਿਆ ਕਿ ਜਿਹੜੀਆਂ ਦਰਮਿਆਨੀਆਂ ਤੇ ਹਲਕੀਆਂ ਜ਼ਮੀਨਾਂ ਨੇ ਉਹਦੇ ਵਿੱਚ ਤੁਸੀਂ 30 ਕਿਲੋ ਯੂਰੀਆ ਖੇਤ ਵਿੱਚ ਜਦੋਂ ਆਪਾਂ ਪਨੀਰੀ ਲਾਉਨੇ ਆ ਉਸੇ ਸਮੇਂ ਪਾ ਦਿਓ। ਤੇ ਇਹ ਸਮਾਂ ਬਾਸਮਤੀ ਦੀਆਂ ਕਿਸਮਾਂ 386 370 ਸੀਐਸਆਰ 30 ਤੇ ਪੂਸਾ ਬਾਸਮਤੀ 1509 ਦੀ ਪਨੀਰੀ ਦੀ ਬਜਾਈ ਲਈ ਟਕਮਾ ਸਮਾਂ ਤੇ ਬਾਸਮਤੀ ਦੀਆਂ ਕਿਸਮਾਂ ਨੂੰ ਪੈਰ ਗਲਣ ਦੇ ਰੋਗ ਤੋਂ ਬਚਾਉਣ ਲਈ ਬੀਜ ਅਤੇ ਪਨੀਰੀ ਦੀਆਂ ਜੜ੍ਹਾਂ ਨੂੰ ਟ੍ਰਾਈਕੋਡਰਮਾ ਹਰਜੀਨਮ ਫਾਰਮੂਲੇਸ਼ਨ ਨਾਲ ਸਿਫਾਰਿਸ਼ ਮੁਤਾਬਕ ਸੋਧ ਲਾਓ ਤੇ ਸਿਫਾਰਿਸ਼ ਇਹ ਨੇ ਕੀਤੀ ਹੈ ਕਿਲੋ ਬੀਜ ਪਿੱਛੇ 15 ਗ੍ਰਾਮ ਟ੍ਰਾਈਕੋਡਰਮਾ ਹਰਜੀਨਮ ਲੈਣਾ ਤੇ ਉਹਨੂੰ ਸੋਧਣਾ ਤੇ ਜਦੋਂ ਆਪਾਂ ਪਨੀਰੀ ਖੇਤ ਵਿੱਚ ਲਾਉਨੇ ਆ ਤਾਂ ਉਦੋਂ ਵੀ ਆਪਾਂ 6 ਘੰਟਿਆਂ ਲਈ ਇਹਦੀਆਂ ਜੜ੍ਹਾਂ ਡਬੋ ਸਕਦੇ ਹਾਂ ਇਹਦਾ ਘੋਲ ਬਣਾ ਕੇ 15 ਗ੍ਰਾਮ ਟ੍ਰਾਈਕੋਡਰਮਾ ਹਰਜੀਨਮ ਦਾ ਤੇ ਇਹਦੇ ਨਾਲ ਜਿਹੜਾ ਆਪਣਾ ਝੰਡਾ ਰੋਗ ਹੈ ਜਾਂ ਪੈਰਗਲਨ ਰੋਗ ਕਹ ਲਈਏ ਉਹਦੇ ਵਿੱਚ ਬਚਾਅ ਹੁੰਦਾ ਕਿਸੇ ਹੱਦ ਤੱਕ ਉਸ ਨੂੰ ਲੱਗਣ ਤੋਂ ਹੀ ਰੋਕਦੇ ਆ ਤੇ ਹੁਣ ਨਰਮੇ ਦੀ ਗੱਲ ਕਰਦੇ ਆ ਕਪਾਹ ਦੇ ਖੇਤਾਂ ਵਿੱਚ ਚਿੱਟੀ ਮੱਖੀ ਤੇ ਫਲਾ ਨੂੰ ਰੋਕਣ ਲਈ ਖਾਲੀ ਥਾਵਾਂ ਸੜਕਾਂ ਤੇ ਕਿਨਾਰਿਆਂ ਤੇ ਖਾਲੀਆਂ ਦੀਆਂ ਵੱਟਾਂ ਤੇ ਬੇਕਾਰ ਪਈ ਭੂਮੀ ਵਿੱਚੋਂ ਚਿੱਟੀ ਮੱਖੀ ਦੇ ਬਦਲੇ ਵਿੱਚ ਨਦੀਨ ਜਿਵੇਂ ਕਿ ਕੰਗੀ ਬੂਟੀ ਪੀਲੀ ਬੂਟੀ ਪੁਠਕੰਡਾ ਤਤੂਰਾ ਭੰਗ ਇਹਨਾਂ ਨੂੰ ਨਸ਼ਟ ਕਰ ਦੋ ਵੈਸੇ ਵੀ ਆਪਾਂ ਜਾਣਦੇ ਹੀ ਆ ਕਿ ਜਿਹੜੇ ਨਦੀਨ ਹੁੰਦੇ ਆ ਉਹਨਾਂ ਉੱਤੇ ਫੰਗਸ ਵੀ ਕਿਤੇ ਨਾ ਕਿਤੇ ਜਿਉਂਦੀ ਰਹਿੰਦੀ ਹੈ ਤਾਂ ਆਪਾਂ ਨੂੰ ਆਪਣੇ ਖੇਤਾਂ ਦਾ ਆਲਾ ਦਵਾਲਾ ਸਾਫ਼ ਹੀ ਰੱਖਣਾ ਚਾਹੀਦਾ ਹੈ ਇਹ ਕਹਿੰਦੇ ਨਰਮੇ ਤੋਂ ਇਲਾਵਾ ਚਿੱਟੀ ਮੱਖੀ ਦਾ ਹਮਲਾ ਹੋਰ ਫਸਲਾਂ ਜਿਵੇਂ ਬੈਂਗਣ ਆਲੂ ਟਮਾਟਰ ਮਿਰਚਾਂ ਮੂੰਗੀ ਇਹਨਾਂ ਤੇ ਵੀ ਹੁੰਦਾ ਇਸ ਲਈ ਇਹਨਾਂ ਫਸਲਾਂ ਦਾ ਲਗਾਤਾਰ ਸਰਵੇਖਣ ਕਰੋ ਤੇ ਲੋੜ ਮੁਤਾਬਕ ਇਸ ਦੀ ਰੋਕਥਾਮ ਕਰੋ ਫਿਰ ਤਾਂ ਆਪਾਂ ਨੂੰ ਪਤਾ ਹੀ ਹੈ ਕਿ ਆਪਾਂ ਜ਼ਹਿਰ ਵਰਤਨੀ ਹੈ ਇਨਸੈਕਟੀਸਾਈਡ ਵਰਤਨੇ ਆ ਉਹਨਾਂ ਨਾਲ ਤਾਂ ਆਪਾਂ ਇਹਨਾਂ ਦਾ ਕੰਟਰੋਲ ਕਰ ਹੀ ਸਕਦੇ ਹਾਂ ਪਰ ਆਪਾਂ ਨੂੰ ਆਪਣੇ ਖੇਤਾਂ ਦਾ ਆਸ-ਪਾਸਾ ਵੀ ਸਾਫ਼ ਕਰਨਾ ਜ਼ਰੂਰੀ ਹੁੰਦਾ ਤੇ ਕਮਾਦ ਲਈ ਇਹਨਾਂ ਨੇ ਕਿਹਾ ਕਿ ਪਾਣੀ ਦੀ ਬਚਤ ਲਈ ਗੰਨੇ ਦੀਆਂ ਲਾਈਨਾਂ ਵਿੱਚਕਾਰ 20 ਤੋਂ 25 ਕੁਆਂਟਲ ਪ੍ਰਤੀ ਏਕੜ ਦੇ ਹਿਸਾਬ ਨਾਲ ਝੋਨੇ ਦੀ ਪਰਾਲੀ ਜਾਂ ਗੰਨੇ ਦੀ ਪੱਤੀ ਵਿਛਾ ਦੇਵੋ ਫਸਲ ਵਿੱਚ ਕਾਲੇ ਖਟਮਲ ਦੇ ਹਮਲੇ ਦੀ ਰੋਕਥਾਮ ਲਈ 350 ਐਮਲ ਡਰਸਬਾਨ ਇਹਦੇ ਵਿੱਚ ਕਲੋਰੋਪੈਰੀਫਾਸ ਹੁੰਦਾ ਤੇ ਉਸ ਨੂੰ ਆਪਾਂ 400 ਲੀਟਰ ਪਾਣੀ ਵਿੱਚ ਘੋਲ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਛੜਕਾ ਕਰ ਸਕਦੇ ਆ ਤੇ ਮੱਕੀ ਲਈ ਇਹਨਾਂ ਨੇ ਬੋਲਿਆ ਕਿ ਮੱਕੀ ਦੀ ਫਸਲ ਦਾ ਗੜੂਆ ਜਿਹਨੂੰ ਆਪਾਂ ਸੁੰਡੀ ਕਹਿ ਸਕਦੇ ਆ ਉਹਦੀ ਰੋਕਥਾਮ ਲਈ 30 ਐਮਐਲ ਕੋਰਾਜਨ ਜਿਹਦੇ ਵਿੱਚ ਕਲੋਰੈਂਟਰਨੀਪਰੋਲ ਹੁੰਦਾ ਉਸ ਨੂੰ 60 ਲੀਟਰ ਪਾਣੀ ਵਿੱਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਛੜਕਾ ਕਰੋ ਇਸ ਸੁੰਡੀ ਦੀ ਰੋਕਥਾਮ ਪਰਜੀਵੀ ਕੀੜਾ ਟ੍ਰਾਈਕੋਗਰਾਮਾ ਦੁਆਰਾ ਵੀ ਕੀਤੀ ਜਾ ਸਕਦੀ ਹੈ ਤੇ ਮੱਕੀ ਤੇ ਆਰਮੀ ਵਾਰਮ ਦੀ ਸ਼ਿਕਾਇਤ ਵੀ ਬਹੁਤ ਆਉਂਦੀ ਹੈ ਇਸ ਦੇ ਲਈ ਵੀ ਇਹਨਾਂ ਨੇ ਕੋਰਾਜਨ ਤੇ ਡੈਲੀਗੇਟ ਜਾਂ ਮਿਜਾਇਲ ਡੈਲੀਗੇਟ ਦੀ ਡੋਜ਼ ਅੱਧਾ ਐਮਐਲ ਤੇ ਮਿਜਾਇਲ ਦੀ ਡੋਜ਼ 4 ਗ੍ਰਾਮ ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਆਪਾਂ ਘੋਲ ਕੇ ਇਹਦਾ ਛੜਕਾਅ ਕਰ ਸਕਦੇ ਹਾਂ ਇਹ ਗੋਵ ਵਾਲੀ ਸੁੰਡੀ ਨੂੰ ਵੀ ਰੋਕਦੇ ਆ ਤੇ ਸਬਜ਼ੀਆਂ ਦੀ ਗੱਲ ਕੀਤੀ ਹੈ ਕਿ ਸਬਜ਼ੀਆਂ ਦੀਆਂ ਖੜੀਆਂ ਫਸਲਾਂ ਨੂੰ ਹਫ਼ਤੇ ਬਾਅਦ ਪਾਣੀ ਦਿਓ ਬਾਕੀ ਆਪਾਂ ਨੂੰ ਪਤਾ ਹੀ ਹੈ ਕਿ ਜਿਹੜੀ ਚੀਜ਼ ਆਪਾਂ ਨੂੰ ਪੱਕਦੀ ਹੈ ਤੋਰੀ ਪੱਕਦੀ ਹੈ ਜੇ ਦਵਾਨੇ ਪੱਕਦੇ ਟਿੰਡੇ ਪੱਕਦੇ ਉਹਨਾਂ ਨੂੰ ਤਾਂ ਆਪਾਂ ਤੋੜਨਾ ਹੀ ਹੈ ਤੇ ਭਿੰਡੀ ਦੀ ਫਸਲ ਤੇ ਤੇਲੇ ਦੀ ਰੋਕਥਾਮ ਲਈ 15 ਦਿਨ ਦੇ ਵਕਫੇ ਨਾਲ ਇੱਕ ਜਾਂ ਦੋ ਵਾਰ 40 ਐਮਐਲ ਕਨਫੀਡੋਰ ਇਹ 40 ਗ੍ਰਾਮ ਇਕਟਾਰਾ 100 ਤੋਂ 125 ਲੀਟਰ ਪਾਣੀ ਵਿੱਚ ਮਿਲਾ ਕੇ ਉਹਦਾ ਛਿੜਕਾਅ ਕਰ ਸਕਦੇ ਆਂ ਤੇ ਬਾਗਬਾਨੀ ਲਈ ਇਹੰਦ ਨੇ ਇਹ ਗੱਲ ਕਹੀ ਆ ਕਿ ਲੀਚੀ ਤੇ ਨਾਸ਼ਪਤੀ ਨੂੰ ਲਗਾਤਾਰ ਪਾਣੀ ਦਿਓ ਤਾਂ ਜੋ ਫਲ ਵੱਧ ਫੁੱਲ ਸਕਣ ਅਤੇ ਲੀਚੀ ਦੇ ਫਲਾਂ ਵਿੱਚ ਫਟਣ ਦੀ ਸਮੱਸਿਆ ਵੀ ਘਟ ਆਵੇ ਬਹੁਤੇ ਕਿਸਾਨ ਵੀਰਾਂ ਨੂੰ ਇਹ ਦਿੱਕਤ ਆਉਂਦੀ ਆ ਚਾਹੇ ਆਪਾਂ ਘਰ ਲਈ ਲਾਏ ਆ ਲੀਚੀ ਦੇ ਬੂਟੇ ਉਹਦਾ ਫਲ ਤਿਆਰ ਹੋ ਜਾਂਦਾ ਤਾਂ ਉਹ ਫਟਣ ਲੱਗ ਜਾਂਦਾ ਅਗਰ ਉਹਨਾਂ ਨੂੰ ਇਸ ਸਮੇਂ ਤੇ ਆਪਾਂ ਲਗਾਤਾਰ ਹਲਕਾ ਪਾਣੀ ਦਿੰਦੇ ਰਹੀਏ ਤੇ ਉਹਦੇ ਵਿੱਚ ਫਟਣ ਦੀ ਸਮੱਸਿਆ ਘਟ ਆਵੇਗੀ ਛੋਟੇ ਬੂਟਿਆਂ ਨੂੰ ਸਿੱਧਾ ਰੱਖਣ ਲਈ ਸੋਟੀ ਇਆ ਕਿਸੇ ਹੋਰ ਚੀਜ਼ ਦਾ ਸਹਾਰਾ ਦਿਓ ਤੇ ਜਿਹੜੇ ਆਪਾਂ ਨੇ ਬਿਲਕੁਲ ਥੱਲੇ ਤੋਂ ਪੰਗਾਰੇ ਫੁੱਟਦੇ ਆ ਉਹਨਾਂ ਨੂੰ ਆਪਾਂ ਤੋੜਨਾ ਤਾਂ ਕਿ ਬੂਟਾ ਉੱਤੇ ਨੂੰ ਵੱਧ ਸਕੇ ਬੂਟਿਆਂ ਦੇ ਤਣਿਆਂ ਨੂੰ ਤੇਜ਼ ਗਰਮੀ ਤੋਂ ਬਚਾਉਣ ਲਈ ਸਫੈਦੀ ਦਾ ਮਿਸ਼ਰਣ ਦਾ ਲੇਪ ਕਰੋ ਅਮਰੂਦਾਂ ਨੂੰ ਸਿਫਾਰਸ਼ਾ ਮੁਤਾਬਿਕ ਰਸਾਇਣਿਕ ਖਾਦਾਂ ਦੀ ਪਹਿਲੀ ਕਿਸ਼ਤ ਹਰ ਹਾਲਤ ਵਿੱਚ ਪਾ ਦਿਓ ਤੇ ਜਿਹੜੇ ਵੀਰਾਂ ਨੇ ਅਮਰੂਦਾਂ ਦਾ ਬਾਗ ਲਾਇਆ ਉਹ ਕਿਰਪਾ ਕਰਕੇ ਜਿੰਨੀ ਵੀ ਮਾਤਰਾ ਵਿੱਚ ਉਹਨਾਂ ਨੇ ਯੂਰੀਆ ਇਹ ਪੋਟਾਸ਼ੀਆ ਫਾਸਫੋਰਸ ਜਾਂ ਜਿੰਕ ਕੁਛ ਵੀ ਦੇਣਾ ਤਾਂ ਇਸ ਸਮੇਂ ਦੇਣੀ ਜ਼ਰੂਰੀ ਹੈ ਫਿਰ ਹੀ ਉਹਨਾਂ ਨੂੰ ਅੱਗੇ ਅਮਰੂਦ ਵਧੀਆ ਫਲ ਦਊਗਾ ਦੋਸਤੋ ਉਮੀਦ ਕਰਦੇ ਹਾਂ ਇਹ ਦਿੱਤੀ ਜਾਣਕਾਰੀ ਤੁਹਾਡੇ ਲਈ ਲਾਹੇਵੰਦ ਹੋਵੇਗੀ ਤਾਂ ਵੀਡੀਓ ਨੂੰ ਜਲਦੀ ਜਲਦੀ ਨੂੰ ਸ਼ੇਅਰ ਜ਼ਰੂਰ ਕਰਿਆ ਕਰੋ ਤਾਂ ਜੋ ਹਰ ਕਿਸਾਨ ਵੀਰ ਤੱਕ ਜਾਣਕਾਰੀ ਪੁੱਜ ਸਕੇ ਦਿੱਤੀ ਜਾਣਕਾਰੀ ਚੰਗੀ ਲੱਗੇ ਤਾਂ ਵੀਡੀਓ ਨੂੰ ਕਰੋ ਲਾਈਕ ਤੇ ਚੈਨਲ ਨੂੰ ਕਰੋ ਸਬਸਕ੍ਰਾਈਬ ਤਾਂ ਜੋ ਹਰ ਖੇਤੀ ਸਬੰਧੀ ਜਾਣਕਾਰੀ ਤੁਹਾਡੇ ਫੋਨ ਤੱਕ ਪਹੁੰਚ ਸਕੇ ਧੰਨਵਾਦ